ਸਤਿ ਸ਼੍ਰੀ ਅਕਾਲ ਬੱਚਿਓ ਬੀਏ ਬੀਐਸਸੀ ਸਮੈਸਟਰ ਦੂਸਰਾ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਕਥਾ ਕਹਾਣੀ ਕਹਾਣੀ ਸੰਗ੍ਰਹਿ ਵਿੱਚੋਂ ਨੌਵੀਂ ਕਹਾਣੀ ਚਿੱਟੀ ਕਬੂਤਰੀ ਦੀ ਤਸਵੀਰ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਅਸੀਂ ਕਰਾਂਗੇ ਉਸ ਤੋਂ ਪਹਿਲਾਂ ਜਿਨ੍ਹਾਂ ਵਿਦਿਆਰਥੀਆਂ ਨੇ ਹਲੇ ਤੱਕ ਇਸ ਪੂਰੀ ਕਹਾਣੀ ਨੂੰ ਨਹੀਂ ਪੜਿਆ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਲਿੰਕ ਤੋਂ ਇਸ ਕਹਾਣੀ ਨੂੰ ਪੂਰੀ ਨੂੰ ਪੜੋ ਤੇ ਸਮਝੋ ਇਸ ਕਹਾਣੀ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਸਾਡੀ ਪੰਜਾਬੀਆਂ ਦੀ ਗੋਰੀਆਂ ਕੁੜੀਆਂ ਪ੍ਰਤੀ ਕੀ ਸੋਚ ਹੈ ਉਹਨਾਂ ਦੇ ਚਰਿੱਤਰ ਨੂੰ ਅਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ ਤੇ ਸਾਡਾ ਆਪਣਾ ਚਰਿੱਤਰ ਕਿੱਥੇ ਖੜਾ ਹੈ ਇਸ ਗੱਲ ਦੀ ਸੋਝੀ ਦਿੰਦੀ ਹੈ ਇਹ ਕਹਾਣੀ ਕਰਦੇ ਆਂ ਪਹਿਲਾ ਪ੍ਰਸ਼ਨ ਸ਼ੁਰੂ ਚਿੱਟੀ ਕਬੂਤਰੀ ਦੀ ਤਸਵੀਰ ਕਹਾਣੀ ਦਾ ਲੇਖਕ ਕੌਣ ਹੈ ਇਹ ਹਰੇਕ ਕਹਾਣੀ ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਲੇਖਕ ਕੌਣ ਇਸ ਕਹਾਣੀ ਦਾ ਲੇਖਕ ਹੈ ਜਗਜੀਤ ਬਰਾੜ ਦੂਸਰਾ ਪ੍ਰਸ਼ਨ ਹੈ ਚਿੱਟੀ ਕਬੂਤਰੀ ਦੀ ਤਸਵੀਰ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ ਉੱਤਰ ਹੈ ਮੈਂ ਪਾਤਰ ਜਿਹਦਾ ਨਾਮ ਹੈ ਭਗ ਸਿੰਘ ਜੱਸੀ ਕਰਮ ਸਿੰਘ ਲੀਸਾ ਅੱਗੇ ਹੈ ਪ੍ਰਸ਼ਨ ਤੀਸਰਾ ਕਰਮ ਸਿੰਘ ਨੇ ਮੈਂ ਪਾਤਰ ਨੂੰ ਚਿੱਠੀ ਵਿੱਚ ਕੀ ਲਿਖਿਆ ਸੀ ਉੱਤਰ ਕਰਮ ਸਿੰਘ ਨੇ ਅਮਰੀਕਾ ਤੋਂ ਮੈਂ ਪਾਤਰ ਨੂੰ ਲਿਖਿਆ ਸੀ ਕਿ ਉਹ ਜਲਦੀ ਤੋਂ ਜਲਦੀ ਅਮਰੀਕਾ ਆ ਕੇ ਆਪਣੇ ਇੱਕੋ ਇੱਕ ਸਾਫਟਵੇਅਰ ਇੰਜੀਨੀਅਰ ਬਣ ਕੇ ਇੱਥੇ ਅਮਰੀਕਾ ਆਏ ਪੁੱਤਰ ਨੂੰ ਸੰਭਾਲ ਲਵੇ ਨਹੀਂ ਤਾਂ ਉਸਨੇ ਕਿਸੇ ਗੋਰੀ ਨਾਲ ਵਿਆਹ ਕਰਾ ਕੇ ਉਸਦੇ ਹੱਥੋਂ ਨਿਕਲ ਜਾਣਾ ਹੈ। ਪ੍ਰਸ਼ਨ ਚੌਥਾ ਦੁੱਪਰ ਦੇ ਅਮਰੀਕਾ ਤੋਂ ਆਏ ਚੋਬਰ ਨੇ ਮੈਂ ਪਾਤਰ ਨੂੰ ਜੱਸੀ ਦੇ ਵਿਆਹ ਬਾਰੇ ਤੇ ਗੋਰੀਆਂ ਕੁੜੀਆਂ ਬਾਰੇ ਕੀ ਦੱਸਿਆ? ਉੱਤਰ ਦੁੱਪਰ ਦੇ ਅਮਰੀਕਾ ਤੋਂ ਆਏ ਚੋਬਰ ਨੇ ਮੈਂ ਪਾਤਰ ਨੂੰ ਦੱਸਿਆ ਕਿ ਉਸ ਨੂੰ ਜੱਸੀ ਦੇ ਕਿਸੇ ਗੋਰੀ ਨਾਲ ਵਿਆਹ ਕਰਾਉਣ ਬਾਰੇ ਤਾਂ ਕੁਝ ਪਤਾ ਨਹੀਂ ਪਰ ਉੱਥੇ ਸੋਹਣੇ ਤੇ ਚੰਗੇ ਨੌਕਰੀ ਤੇ ਲੱਗੇ ਮੁੰਡਿਆਂ ਨੂੰ ਗੋਰੀਆਂ ਕੁੜੀਆਂ ਜ਼ਰੂਰ ਮਿਲ ਜਾਂਦੀਆਂ ਹਨ। ਉੰਜ ਉਹ ਫਿਕਰ ਨਾ ਕਰੇ ਅਜਿਹੀਆਂ ਕੁੜੀਆਂ ਤਾਂ ਸ਼ਾਮ ਨੂੰ ਘੁੰਮਣ ਫਿਰਨ ਸ਼ਰਾਬ ਦਾ ਘੁੱਟ ਪੀਣ ਜਾਂ ਕਿਧਰੇ ਫਿਲਮ ਮੂਵੀ ਵੇਖਣ ਲਈ ਹੁੰਦੀਆਂ ਹਨ ਪ੍ਰਸ਼ਨ 5 ਜੱਸੀ ਦੇ ਅਪਾਰਟਮੈਂਟ ਦੇ ਨੇੜਲੀ ਪਾਰਕ ਕਿਹੋ ਜਿਹੀ ਸੀ ਉੱਤਰ ਇਹ ਪਾਰਕ ਬਹੁਤ ਸੁੰਦਰ ਸੀ ਇਸ ਵਿੱਚ ਹਰ ਇੱਕ ਚੂਰ ਰੁੱਖ ਗਦੇਲੇ ਵਰਗਾ ਕਾ ਰੰਗ-ਬਰੰਗੇ ਫੁੱਲ ਕਾਲੇ ਪੇਂਟ ਕੀਤੇ ਬੈਂਚ ਤੇ ਮੇਜ਼ 6 ਨੁਕਰਾਂ ਇੱਟਾਂ ਦਾ ਬਾਥਰੂਮ ਤੇ ਨਾਲ ਹੀ ਠੰਡੇ ਪਾਣੀ ਦੀ ਟੂਟੀ ਸੀ। ਪ੍ਰਸ਼ਨ 6ਵਾਂ ਅਮਰੀਕਾ ਗਏ ਮੈਂ ਪਾਤਰ ਨੂੰ ਪਿੱਛੇ ਪਿੰਡ ਵਿੱਚ ਕਿਸ ਕਿਸ ਗੱਲ ਦਾ ਫਿਕਰ ਲੱਗਾ ਰਹਿੰਦਾ ਸੀ? ਉੱਤਰ ਅਮਰੀਕਾ ਵਿੱਚ ਗਏ ਮੈਂ ਪਾਤਰ ਨੂੰ ਇਹ ਫਿਕਰ ਸੀ ਕਿ ਕੀ ਸਾਂਝੀ ਸਿਹਰੀ ਉਸ ਤੋਂ ਬਿਨਾ ਸਾਰ ਵੀ ਲੈਣਗੇ ਜਾਂ ਨਹੀਂ। ਇੱਕ ਦਿਨ ਉਸਨੇ ਸਾਰਾ ਦਿਨ ਇਸ ਫਿਕਰ ਵਿੱਚ ਹੀ ਗਵਾ ਦਿੱਤਾ ਕਿ ਟਰੈਕਟਰ ਦਾ ਪਿਛਲਾ ਖੱਬਾ ਟਾਇਰ ਜਿਹੜਾ ਮਾੜਾ ਸੀ ਕਿਤੇ ਫਟ ਨਾ ਗਿਆ ਹੋਵੇ। ਪ੍ਰਸ਼ਨ 7ਵਾਂ ਜੱਸੀ ਦੇ ਸਹਰਾਣੇ ਮੇਜ ਉੱਤੇ ਪਈ ਗੋਰੀ ਕੁੜੀ ਦੀ ਤਸਵੀਰ ਮੈ ਪਾਤਰ ਨੂੰ ਕਿਹੋ ਜਿਹੀ ਲੱਗੀ ਉੱਤਰ ਮੈ ਪਾਤਰ ਨੂੰ ਗੋਰੀ ਕੁੜੀ ਦੀ ਇਹ ਤਸਵੀਰ ਬਹੁਤ ਸੁੰਦਰ ਲੱਗੀ ਉਸਨੇ ਕਾਲਾ ਕੁੜਤਾ ਪਾਇਆ ਹੋਇਆ ਸੀ ਉਸਦੀਆਂ ਅੱਖਾਂ ਫਿਰੋਜ਼ੀ ਸਨ ਫਰੇਮ ਸੁਨਹਿਰੀ ਸੀ ਤੇ ਉਸਦਾ ਸ਼ੀਸ਼ਾ ਨੀਲੀ ਭਾਮ ਵਾਲਾ ਸੀ ਮੈ ਪਾਤਰ ਉਸਦੀਆਂ ਅੱਖਾਂ ਵੇਖਦਾ ਉੱਥੇ ਹੀ ਬਹਿ ਗਿਆ ਜੋ ਕਿ ਉਸ ਕਿਸਮ ਦੀਆਂ ਸਨ ਜਿਨ੍ਹਾਂ ਨੂੰ ਬਾਬਾ ਫਰੀਦ ਨੇ ਲੋਣ ਕਿਹਾ ਹੈ ਜੋ ਕਿ ਕੱਜਲ ਰੇਖ ਨਹੀਂ ਸੰਸੰਦੇ ਪ੍ਰਸ਼ਨ 8 ਮੈਂ ਪਾਤਰ ਦੇ ਪੁੱਛਣ ਦੇ ਜੱਸੀ ਨੇ ਗੋਰੀ ਕੁੜੀ ਦੀ ਤਸਵੀਰ ਬਾਰੇ ਕੀ ਦੱਸਿਆ ਉੱਤਰ ਜੱਸੀ ਨੇ ਦੱਸਿਆ ਕਿ ਇਹ ਗੋਰੀ ਕੁੜੀ ਇੱਕ ਕੰਪਨੀ ਦੀ ਮਾਰਕਿੰਗ ਕਰਦੀ ਹੈ ਤੇ ਉਸਨੇ ਉਸ ਦੀ ਤਸਵੀਰ ਇੱਕ ਰਸਾਲੇ ਵਿੱਚੋਂ ਕੱਟੀ ਹੈ ਪ੍ਰਸ਼ਨ 9ਵਾਂ ਸਿਆਣੇ ਆਦਮੀ ਪਾਰਕ ਵਿੱਚ ਕਿਉਂ ਜਾਂਦੇ ਤੇ ਉੱਥੇ ਕੀ ਕਰਦੇ ਉੱਤਰ ਸਿਆਣੇ ਆਦਮੀ ਸਾਰਾ ਦਿਨ ਘਰਾਂ ਵਿੱਚ ਬੰਦ ਰਹਿਣ ਦੀ ਜ਼ਿੰਦਗੀ ਤੋਂ ਤੰਗ ਆ ਕੇ ਪਾਰਕ ਵਿੱਚ ਜਾਂਦੇ ਅਤੇ ਉੱਥੇ ਬੈਠ ਕੇ ਗੱਪਾਂ ਮਾਰਦੇ ਤਾਸ਼ ਖੇਡਦੇ ਤੇ ਦੁਕਾਨ ਤੋਂ ਸੋਡਾ ਜਾਂ ਸ਼ਰਾਬ ਮੰਗਾ ਕੇ ਪੀਂਦੇ ਇੱਥੇ ਉਹ ਆਪਣੇ ਦੁੱਖ ਸੁੱਖ ਵੀ ਸਾਂਝੇ ਕਰਦੇ ਸਨ ਹਨ ਤੇ ਚੜ੍ਹਦੀ ਉਮਰ ਦੀਆਂ ਕਹਾਣੀਆਂ ਮਿਰਚ ਮਸਾਲੇ ਲਾ ਕੇ ਸੁਣਾਉਂਦੇ ਹਨ ਪ੍ਰਸ਼ਨ 10 ਕਰਮ ਸਿੰਘ ਪਾਰਕ ਵਿੱਚ ਆ ਕੇ ਮੈਂ ਪਾਤਰ ਨੂੰ ਕੀ ਕਹਿੰਦਾ ਉੱਤਰ ਕਰਮ ਸਿੰਘ ਮੈਂ ਪਾਤਰ ਨੂੰ ਕਹਿੰਦਾ ਕਿ ਉਹ ਅਵੇਸਲਾ ਨਾ ਰਹੇ ਉਸ ਨੂੰ ਉਸ ਦਿਨ ਪਤਾ ਲੱਗਣਾ ਹੈ ਜਦੋਂ ਉਸਦੇ ਜੱਸੀ ਨੇ ਗੋਰੀ ਬਹੂ ਲਿਆ ਕੇ ਉਸਦੇ ਅੱਗੇ ਖੜੀ ਕਰ ਦੇਣੀ ਹੈ ਗੋਰੀ ਟਿਕਣ ਵਾਲੀ ਜਾਤ ਨਹੀਂ ਉਹ ਤਾਂ ਚਿੱਟੀ ਗਬੂਤਰੀ ਹੈ ਜਿਸ ਨੇ ਚੋਗਾ ਚੁੱਕ ਕੇ ਉਡਾਰੀ ਮਾਰ ਜਾਣੀ ਹੈ ਮਗਰੋਂ ਉਸ ਦਾ ਜੱਸੀ ਤੇ ਉਹ ਦੇਖਦੇ ਰਹਿ ਜਾਣਗੇ ਪ੍ਰਸ਼ਨ 11ਵਾਂ ਇੱਕ ਦਿਨ ਕਿਸੇ ਪਾਰਕੀਏ ਨੇ ਮੈਂ ਪਾਤਰ ਨੂੰ ਕਰਮ ਸਿੰਘ ਦੀ ਨੂੰ ਬਾਰੇ ਕੀ ਦੱਸਿਆ ਉੱਤਰ ਇੱਕ ਦਿਨ ਇੱਕ ਪਾਰਕੀਏ ਨੇ ਮੈਂ ਪੱਤਰ ਨੂੰ ਕਰਮ ਸਿੰਘ ਦੀ ਨੂੰਹ ਬਾਰੇ ਦੱਸਿਆ ਕਿ ਉਹ ਉਸ ਉੱਤੇ ਖੂਬ ਕੋਰਾੜਾ ਕਾਸਕੇ ਰੱਖਦੀ ਹੈ। ਉਸਨੇ ਹਰ ਤੀਜੇ ਦਿਨ ਗਲੀਚੇ ਨੂੰ ਸਾਫ਼ ਕਰਨ ਲਈ ਮਸ਼ੀਨ ਫੇਰਨ ਦਾ ਕੰਮ ਉਸ ਨੂੰ ਸੌਂਪਿਆ ਹੋਇਆ ਸੀ। ਨਾਲ ਹੀ ਜਦੋਂ 2:30 ਵਜੇ ਉਸਦੇ ਪੋਤਰਾ-ਪੋਤਰੀ ਪੜ ਕੇ ਆ ਜਾਂਦੇ ਹਨ ਤਾਂ ਉਸ ਨੂੰ ਉਹਨਾਂ ਦੀ ਉਦੋਂ ਤੱਕ ਦੇਖਭਾਲ ਕਰਨੀ ਪੈਂਦੀ ਹੈ ਜਿੰਨਾ ਚਿਰ ਮੰਮੀ ਡੈਡੀ ਵਿੱਚੋਂ ਕੋਈ ਘਰ ਨਹੀਂ ਆ ਜਾਂਦਾ। ਪ੍ਰਸ਼ਨ 12ਵਾਂ ਕਰਮ ਸਿੰਘ ਦੇ ਪੋਤੇ ਨੂੰ ਚਪੇੜ ਮਾਰਨ ਦੀ ਘਟਨਾ ਲਿਖੋ। ਪੁੱਤਰ ਜਦੋਂ ਕਰਮ ਸਿੰਘ ਨਵਾਂ ਨਵਾਂ ਦੇਸੋਂ ਅਮਰੀਕਾ ਗਿਆ ਸੀ ਤਾਂ ਇੱਕ ਦਿਨ ਜਦੋਂ ਉਸ ਦਾ 64 ਸਾਲਾਂ ਦਾ ਪੋਤਰਾ ਸ਼ਰਾਰਤਾਂ ਕਰਨੋਂ ਨਹੀਂ ਸੀ ਹਟ ਰਿਹਾ ਤਾਂ ਉਸ ਨੇ ਉਸ ਦੇ ਚਪੇੜ ਮਾਰ ਦਿੱਤੀ ਜਿਸ ਨਾਲ ਉਸ ਦੀ ਗੱਲ ਤੇ ਲਾਸ਼ ਪੈ ਗਈ ਉਸ ਦੀ 7 ਸਾਲਾਂ ਦੀ ਪੋਤਰੀ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜੋ ਕਰਮ ਸਿੰਘ ਨੂੰ ਚਾਈਲਡ ਅਬਿਊਜ਼ ਦੇ ਦੋਸ਼ ਵਿੱਚ ਹਥਕੜੀ ਲਾ ਕੇ ਲੈ ਗਏ ਸ਼ਾਮ ਨੂੰ ਉਸ ਦਾ ਪੁੱਤਰ ਜ਼ਮਾਨਤ ਦੇ ਕੇ ਉਸ ਨੂੰ ਛੁਡਾ ਕੇ ਲਿਆਇਆ ਸਾਰੀ ਪੰਜਾਬੀ ਬਰਾਦਰੀ ਵਿੱਚ ਇਹ ਖਬਰ ਫੈਲ ਗਈ ਬਜ਼ੁਰਗ ਪੋਤਾ ਕੁੱਟਣ ਦੇ ਜੁਰਮ ਵਿੱਚ ਗ੍ਰਿਫਤਾਰ ਇਸ ਗੱਲ ਕਰਕੇ ਕਰਮ ਸਿੰਘ ਨੂੰ ਬਹੁਤ ਨਮੋਸ਼ੀ ਹੋਈ ਪ੍ਰਸ਼ਨ 13ਵਾਂ ਪਰਦੇਸ ਅਮਰੀਕਾ ਵਿੱਚ ਨੂਹਾ ਸੱਸਾਂ ਸਹੁਰਿਆਂ ਨੂੰ ਕਿਸ ਤਰ੍ਹਾਂ ਰੱਖਦੀਆਂ ਹਨ ਉੱਤਰ ਪਰਦੇਸ ਅਮਰੀਕਾ ਵਿੱਚ ਨੂਹਾ ਸੱਸਾਂ ਸਹੁਰਿਆਂ ਦਾ ਨੱਕ ਵਿੱਚ ਦੰਮ ਕਰਕੇ ਰੱਖਦੀਆਂ ਹਨ ਘਰ ਵਿੱਚ ਪੂਰੀ ਬੰਦਸ਼ ਨਾਲ ਰਹਿਣਾ ਪੈਂਦਾ ਹੈ ਨਾ ਤੁਸੀਂ ਉੱਚਾ ਬੋਲ ਸਕਦੇ ਹੋ ਤੇ ਨਾ ਬੱਚਿਆਂ ਨੂੰ ਚੰਗਾ ਮੰੰਦਾ ਕਹਿ ਸਕਦੇ ਹੋ ਗੁਸਲਖਾਨੇ ਸਾਫ਼ ਤੇ ਸੁੱਕੇ ਰੱਖਣੇ ਪੈਂਦੇ ਹਨ ਰੋਟੀ ਤੇ ਚਾਹ ਪਾਣੀ ਵਕਤ ਸਿਰ ਖਾਣੇ ਪੈਂਦੇ ਹਨ ਨਹੀਂ ਤਾਂ ਅਗਲੇ ਡੰਗ ਅਗਲੇ ਡੰਗ ਤੈਂ ਕੁਝ ਨਹੀਂ ਮਿਲਦਾ ਸ਼ਰਾਬ ਤੁਸੀਂ ਪੀ ਨਹੀਂ ਸਕਦੇ ਕਿਉਂਕਿ ਇਸ ਦਾ ਬੱਚਿਆਂ ਉਤੇ ਬੁਰਾ ਅਸਰ ਪੈਂਦਾ ਹੈ ਕਈ ਨੂੰਹਾਂ ਸਹੁਰਿਆਂ ਨੂੰ ਰਾਤੀ ਨੀਂਦ ਦੀਆਂ ਗੋਲੀਆਂ ਦੇ ਦਿੰਦੀਆਂ ਹਨ ਤਾਂ ਜੋ ਨਾ ਰਾਤ ਨੂੰ ਖੰਗੇ ਤੇ ਨਾ ਵਾਰ-ਵਾਰ ਗੁਸਲਖਾਨੇ ਵਿੱਚ ਜਾਵੇ ਪ੍ਰਸ਼ਨ 14ਵਾਂ ਅਸਮਤ ਨੇ ਆਪਣੀ ਜਵਾਨੀ ਵੇਲੇ ਵੇਲੇ ਦੀ ਕਿਹੜੀ ਗੱਲ ਸੁਣਾਈ ਉੱਤਰ ਅਸਮਤ ਨੇ ਦੱਸਿਆ ਕਿ ਉਹ ਜਵਾਨੀ ਵੇਲੇ ਸਰਗੋਧੇ ਵਿੱਚ 7 ਸਾਲ ਕੁੱਕੜ ਲੜਾਉਂਦਾ ਰਿਹਾ ਅਤੇ ਦੋ ਵਾਰ ਹੀ ਉਸ ਦਾ ਕੁੱਕੜ ਨਹੀਂ ਸੀ ਜਿੱਤਿਆ ਪ੍ਰਸ਼ਨ 15ਵਾਂ ਮੈਂ ਪਾਤਰ ਨੇ ਆਪਣੀ ਚਿੱਟੀ ਕਬੂਤਰੀ ਬਾਰੇ ਕੀ ਦੱਸਿਆ ਉੱਤਰ ਮੈਂ ਪਾਤਰ ਨੇ ਕਿਹਾ ਕਿ ਨਿੱਕਾ ਹੁੰਦਾ ਉਹ ਕਬੂਤਰ ਉਡਾਉਂਦਾ ਹੁੰਦਾ ਸੀ ਉਸ ਕੋਲ ਪੂਰੇ 9 ਕਬੂਤਰ ਸਨ ਪਰ ਸਾਰਿਆਂ ਵਿੱਚੋਂ ਛੇਰ ਦੀ ਬੱਚੀ ਸੀ ਚਿੱਟੀ ਕਬੂਤਰੀ ਉਹ ਧਰਤੀ ਤੋਂ ਚੰਦ ਦੇ ਅੱਧ ਤਾਈਂ ਉਡਾਰੀ ਮਾਰਦੀ ਸੀ ਤੇ ਹੇਠਾਂ ਝਾਕਦੀ ਤੱਕ ਨਹੀਂ ਸੀ ਇੱਕ ਵਾਰ ਕੱਤੇ ਦੀ ਪੁੰਨਿਆਂ ਨੂੰ ਆਪਣੇ ਪਿੰਡ ਕਬੂਤਰਾਂ ਦੇ ਮੁਕਾਬਲੇ ਸਮੇ ਉਸਨੇ ਉਸ ਨੂੰ ਬਦਾਮ ਮਗਜ਼ ਤੇ ਨਿਉਜੇ ਖਵਾ ਕੇ ਅਤੇ ਖੰਭਾਂ ਦੀ ਮਾਲਸ਼ ਕਰਕੇ ਛੱਡਿਆ ਤਾਂ ਉਹ ਤੀਰ ਵਾਂਗ ਅਸਮਾਨ ਵੱਲ ਉੱਡੀ ਤੇ ਅੱਜ ਤੱਕ ਮੁੜ ਕੇ ਨਹੀਂ ਆਈ ਜਿਸ ਨੇ ਉਸਦਾ ਮਨ ਬਹੁਤ ਖਰਾਬ ਕੀਤਾ ਤੇ ਉਹ ਅਸਮਾਨ ਵੱਲ ਮੂੰਹ ਚੁੱਕ ਚੁੱਕ ਕੇ ਉਸ ਨੂੰ ਦੇਖਦਾ ਰਹਿੰਦਾ ਸੀ ਪ੍ਰਸ਼ਨ 16ਵਾਂ ਮੈਂ ਬਾਤਰਨੇ ਪਾਰਕੀਆਂ ਤੋਂ ਗੋਰੀਆਂ ਬਾਰੇ ਕੀ ਗਿਆਨ ਹਾਸਲ ਕੀਤਾ ਸੀ ਉੱਤਰ ਮੈਂ ਬਾਤਰ ਨੂੰ ਪਾਰਕੀਆਂ ਤੋਂ ਗੋਰੀਆਂ ਬਾਰੇ ਇਹ ਗਿਆਨ ਹਾਸਲ ਹੋਇਆ ਸੀ ਕਿ ਇਹ ਕਿਸੇ ਦੀਆਂ ਵਫਾਦਾਰ ਨਹੀਂ ਹੁੰਦੀਆਂ ਤੇ ਇਹ ਖਾ ਪੀ ਕੇ ਲੰਬੇ ਹੋ ਜਾਂਦੀਆਂ ਹਨ ਉਸਨੇ ਇਹਨਾਂ ਬਾਰੇ ਇੱਕ ਅਜੀਹੀ ਕਹਾਵਤ ਵੀ ਸੁਣੀ ਸੀ ਜਿਸਦਾ ਅਰਥ ਸੀ ਕਿ ਜਿੱਥੇ ਇਹਨਾਂ ਨੂੰ ਇਕੱਲਾ ਆਦਮੀ ਮਿਲ ਜਾਵੇ ਇਹ ਉਸ ਨਾਲ ਹੀ ਪ੍ਰੇਮ ਸੰਬੰਧ ਰਚਾ ਲੈਂਦੀਆਂ ਹਨ ਪ੍ਰਸ਼ਨ 17ਵਾਂ ਮੈਅ ਪਾਤਰ ਨੇ ਲੀਸਾ ਦੇ ਆਉਣ ਤੋਂ ਪਹਿਲਾਂ ਕੀ ਕੀ ਕੀਤਾ? ਉੱਤਰ ਮੈਅ ਪਾਤਰ ਲੀਸਾ ਦੇ ਆਉਣ ਤੋਂ ਪਹਿਲਾਂ ਉਸਦੀ ਖੇਲੀ ਤੋਂ ਬਚਣ ਲਈ ਕਦੀ ਬਾਥਰੂਮ ਵਿੱਚ ਜਾ ਕੇ ਸ਼ੀਸ਼ਾ ਦੇਖਦਾ ਸੀ ਅਤੇ ਕਦੀ ਆਪਣੀ ਪੱਗ ਸਵਾਰਦਾ ਸੀ। ਇੱਕ ਵਾਰੀ ਉਸਨੇ ਬਾਥਰੂਮ ਵਿੱਚ ਜਾ ਕੇ ਚੀਜ਼ਾਂ ਵੀ ਠੀਕ ਤਰ੍ਹਾਂ ਰੱਖੀਆਂ। ਉੱਥੇ ਪੱਥਰ ਦੇ ਨਿੱਕੇ ਜਿਹੇ ਮੇਜ਼ ਉੱਤੇ ਪੈ ਫੁੱਲਦਾਨ ਵਿੱਚ ਉੱਗੜ-ਦੁਗੜੇ ਕਾਗਜ਼ੀ ਫੁੱਲ ਸਜਾ ਕੇ ਰੱਖ ਦਿੱਤੇ। ਪ੍ਰਸ਼ਨ 18ਵਾਂ ਕਰਮ ਸਿੰਘ ਦੇ ਮੈਅ ਪਾਤਰ ਦੇ ਘਰ ਆਉਣ ਦਾ ਕੀ ਕਾਰਨ ਸੀ? ਉੱਤਰ ਕਰਮ ਸਿੰਘ ਦੇ ਘਰ ਉਸਦੀ ਨੂ ਦੇ ਭੈਣ ਭਣੋਈਏ ਨੇ ਤਿੰਨ ਬੱਚਿਆਂ ਸਮੇਤ ਕੈਨੇਡਾ ਤੋਂ ਆਣਾ ਸੀ ਨੂ ਨੇ ਉਸ ਨੂੰ ਕਿਹਾ ਸੀ ਕਿ ਘਰ ਵਿੱਚ ਭੀੜ ਕਾਰਨ ਆਏ ਪ੍ਰੌਣੇ ਤਕਲੀਫ ਵਿੱਚ ਰਹਿਣਗੇ ਇਸ ਕਰਕੇ ਉਸਨੇ ਕਰਮ ਸਿੰਘ ਨੂੰ ਕਿਹਾ ਕਿ ਉਹ ਕੁਝ ਘੰਟੇ ਕਿਸੇ ਦੋਸਤ ਦੇ ਘਰ ਲਾ ਆਵੇ ਤੇ ਜੇ ਹੋ ਸਕੇ ਤਾਂ ਰਾਤ ਵੀ ਰਹਿ ਆਵੇ ਇਸ ਕਰਕੇ ਕਰਮ ਸਿੰਘ ਮੈ ਪਾਤਰ ਦੇ ਘਰ ਆਇਆ ਸੀ ਪ੍ਰਸ਼ਨ 19ਵਾਂ ਮੈ ਪਾਤਰ ਆਪਣੇ ਲਗੋਜ਼ਿਆਂ ਦੇ ਸ਼ੌਂਕ ਬਾਰੇ ਕੀ ਦੱਸਦਾ ਹੈ ਉੱਤਰ ਮੈ ਪਾਤਰ ਦੱਸਦਾ ਹੈ ਕਿ ਉਸ ਨੂੰ ਮੁੱਢ ਤੋਂ ਹੀ ਲਗੋਜ਼ਿਆਂ ਦਾ ਸ਼ੌਂਕ ਸੀ ਉਸ ਲਈ ਤਾਂ ਬੁੱਢੇ ਸ਼ੇਖ ਦੀ ਗਾਇ ਪੂਰਨ ਭਗਤ ਦੀ ਟੇ ਫਲਾ ਲਾ ਦਿਓ ਜਿਸ ਵਿੱਚ ਨੈਬਕੋਟਿਆ কুমਿਹਾਰ ਲਗੋਜ਼ਿਆਂ ਨਾਲ ਸ਼ੇਖ ਦੀ ਸੰਗਤ ਕਰਦਾ ਹੈ ਤਾਂ ਉਸ ਨੂੰ ਸੁਣਨ ਲਈ ਇੰਨਾ ਮਸਤ ਹੋ ਜਾਂਦਾ ਹੈ ਕਿ ਉਸ ਨੂੰ ਰੋਟੀ ਸਾਰਾ ਦਿਨ ਖਾਣ ਦਾ ਖਾਣ ਦਾ ਵੀ ਚੇਤਾ ਨਹੀਂ ਰਹਿੰਦਾ ਪ੍ਰਸ਼ਨ ਬੀਵਾ ਮੈਂ ਪਾਤਰ ਨੂੰ ਬੂਹੇ ਉੱਤੇ ਆਈ ਲੀਸਾ ਕਿਹੋ ਜਹੀ ਕੁੜੀ ਲੱਗੀ ਉੱਤਰ ਮੈਂ ਪਾਤਰ ਨੂੰ ਬੂਹੇ ਉੱਤੇ ਖੜੀ ਲੀਸਾ ਬਹੁਤ ਹੀ ਸੋਹਣੀ ਕੁੜੀ ਜਾਪੀ ਉਸਨੇ ਜ਼ਿੰਦਗੀ ਵਿੱਚ ਐਡੀ ਸੋਹਣੀ ਕੁੜੀ ਨਹੀਂ ਸੀ ਦੇਖੀ ਪ੍ਰਸ਼ਨ 21ਵਾਂ ਲੀਸਾ ਨੇ ਸ਼ਰਾਬ ਤੇ ਮੁਰਗਾ ਮੰਗਣ ਲਈ ਕੀ ਕੀਤਾ ਉੱਤਰ ਲੀਸਾ ਨੇ ਸ਼ਰਾਬ ਤੇ ਮੁਰਗਾ ਮੰਗਣ ਲਈ ਪਹਿਲਾਂ ਕੋਰੇ ਕਾਗਜ਼ ਉੱਤੇ ਲਿਪਸਟਿਕ ਨਾਲ ਸ਼ਰਾਬ ਤੇ ਗਲਾਸੀ ਦੀ ਤੇ ਫਿਰ ਮੁਰਗੇ ਦੀ ਤਸਵੀਰ ਬਣਾਈ। ਪ੍ਰਸ਼ਨ 22 ਮਾ ਕੀ ਲੀਸਾ ਨੇ ਸ਼ਰਾਬ ਫੁੱਲਦਾਨ ਵਿੱਚ ਪਾਈ? ਉੱਤਰ ਅਸਲ ਵਿੱਚ ਲੀਸਾ ਦਾ ਸੁਭਾਅ ਹਾਸੇਮਖਲਵੜਾ ਸੀ। ਉਸਨੇ ਕੋਰੇ ਕਾਗਜ਼ ਉੱਤੇ ਪਹਿਲਾਂ ਬੋਤਲ ਤੇ ਗਲਾਸੀ ਦੀਆਂ ਤਸਵੀਰਾਂ ਬਣਾ ਕੇ ਸ਼ਰਾਬ ਤਾਂ ਮੰਗਵਾ ਲਈ ਤੇ ਪੀਣ ਦਾ ਨਾਟਕ ਵੀ ਕੀਤਾ ਅਤੇ ਫਿਰ ਮੁਰਗਾ ਆਉਣ ਤੱਕ ਬੋਤਲ ਥੱਲੇ ਵੀ ਲਾ ਦਿੰਦੀ। ਪਰ ਉਸਨੇ ਇਹ ਪੀਤੀ ਨਹੀਂ ਸੀ। ਸਗੋਂ ਬਹਾਨੇ ਨਾਲ ਬਾਥਰੂਮ ਵਿੱਚ ਜਾ ਕੇ ਫੁੱਲਦਾਨ ਵਿੱਚ ਪਾਉਂਦੀ ਰਹੀ ਸੀ। ਇਸ ਤਰ੍ਹਾਂ ਉਸਨੇ ਉਹਨਾਂ ਨੂੰ ਉਹਨਾਂ ਦਾ ਮੌਜੂ ਬਣਾਉਣ ਲਈ ਇੱਕ ਤਰ੍ਹਾਂ ਦਾ ਹਾਸਾ-ਮਖੌਲ ਹੀ ਕੀਤਾ ਸੀ ਜਿਸ ਨੂੰ ਉਹ ਦੋਵੇਂ ਹੀ ਸਮਝ ਨਹੀਂ ਸਨ ਸਕੇ ਤੇ ਇਸ ਬੇਸਮਝੀ ਵਿੱਚ ਕਰਮ ਸਿੰਘ ਦਾ ਬੁਰਾ ਹਾਲ ਸੀ ਤੇ ਬਹੁਤਾ ਮੌਜੂ ਉਸ ਦਾ ਹੀ ਬਣਿਆ ਪ੍ਰਸ਼ਨ 23 ਮੈਂ ਪਾਤਰ ਨੂੰ ਬਾਥਰੂਮ ਵਿੱਚ ਫੁੱਲਦਾਨ ਨੂੰ ਸ਼ਰਾਬ ਨਾਲ ਭਰਿਆ ਦੇਖ ਕੇ ਕੀ ਸਮਝ ਲੱਗੀ ਤੇ ਉਸਨੇ ਕਰਮ ਸਿੰਘ ਨੂੰ ਕੀ ਕਿਹਾ ਉੱਤਰ ਮੈਂ ਪਾਤਰ ਨੂੰ ਬਾਥਰੂਮ ਵਿੱਚ ਜਾ ਕੇ ਫੁੱਲਦਾਨ ਨੂੰ ਸ਼ਰਾਬ ਨਾਲ ਭਰਿਆ ਦੇਖ ਕੇ ਸਮਝ ਲੱਗ ਗਈ ਕਿ ਲੀਸਾ ਨੇ ਸ਼ਰਾਬ ਬਹੁਤ ਘੱਟ ਪੀਤੀ ਸੀ ਸਗੋਂ ਉਸਨੇ ਉਹਨਾਂ ਦਾ ਮੌਜੂ ਹੀ ਬਣਾਇਆ ਸੀ ਤਾਂ ਉਸਨੇ ਕਰਨ ਸਿੰਘ ਨੂੰ ਜਿਹੜਾ ਕਿ ਛਿੱਥਾ ਪਿਆ ਬੋਤਲ ਅਤੇ ਮੁਰਗੇ ਦੀ ਤਸਵੀਰ ਨੂੰ ਪਾੜ ਰਿਹਾ ਸੀ ਕਿਹਾ ਕਿ ਜਿਹੜੀ ਗੋਰੀ ਦੀ ਤਸਵੀਰ ਉਸਦੇ ਸਿਰ ਵਿੱਚ ਹੈ ਉਸ ਨੂੰ ਵੀ ਪਾੜ ਕੇ ਅੱਗ ਲਾ ਦੇਵੇ ਅਰਥਾਤ ਉਹ ਸਮਝ ਲਵੇ ਕਿ ਗੋਰੀਆਂ ਇਹੋ ਜਿਹੀਆਂ ਨਹੀਂ ਹੁੰਦੀਆਂ ਜਿਹੋ ਜਿਹੀਆਂ ਉਹ ਸਮਝਦਾ ਹੈ ਪ੍ਰਸ਼ਨ 24ਵਾਂ ਕੀ ਚਿੱਟੀ ਕਬੂਤਰੀ ਦੀ ਤਸਵੀਰ ਕਹਾਣੀ ਦਾ ਇਸ ਲੇਖ ਟੁਕਮਾ ਹੈ ਉੱਤਰ ਚਿੱਟੀ ਕਬੂਤਰੀ ਦੀ ਤਸਵੀਰ ਕਹਾਣੀ ਦਾ ਇਸ ਲੇਖ ਇਸ ਦੇ ਵਿਸ਼ੇ ਦੇ ਆਧਾਰ ਤੇ ਰੱਖਿਆ ਗਿਆ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਲੀਸਾ ਜੋ ਕਿ ਗੋਰੀ ਕੁੜੀ ਹੈ ਤੇ ਕਹਾਣੀ ਦੇ ਅੰਤ ਵਿੱਚ ਕਹਾਣੀਕਾਰ ਨੂੰ ਆਪਣੀ ਉੱਡ ਚੁੱਕੀ ਚਿੱਟੀ ਕਬੂਤਰੀ ਦਾ ਰੂਪ ਦਿਖਾਈ ਦਿੰਦੀ ਹੈ ਦੇ ਚਰਿੱਤਰ ਦੀ ਤਸਵੀਰ ਨੂੰ ਹੀ ਪੇਸ਼ ਕੀਤਾ ਹੈ ਤੇ ਇਹ ਤਸਵੀਰ ਦਿਖਾ ਕੇ ਗੋਰੀਆਂ ਦੇ ਚਰਿੱਤਰ ਸੰਬੰਧੀ ਸਾਡੇ ਮਨਾਂ ਵਿੱਚ ਵਸੇ ਵਿਚਾਰਾਂ ਦੇ ਵਖੀਏ ਉਡਾਰੇ ਹਨ ਇਸ ਪ੍ਰਕਾਰ ਵਿਸ਼ੇ ਦੇ ਆਧਾਰ ਤੇ ਰੱਖਿਆ ਕਹਾਣੀ ਦਾ ਇਹ ਅਸਰਲੇ ਟੁਕਮਾ ਹੈ। ਪ੍ਰਸ਼ਨ 25ਵਾਂ ਲੀਸਾ ਦਾ ਚਰিত্র ਚਿੱਤਰਣ ਕਰੋ। ਉੱਤਰ ਲੀਸਾ ਇੱਕ ਬਹੁਤ ਹੀ ਸੁੰਦਰ ਅਮਰੀਕਨ ਕੁੜੀ ਸੀ। ਉਹ ਚੰਗੇ ਖਾਨਦਾਨ ਨਾਲ ਸੰਬੰਧਿਤ ਪੜ੍ਹੀ ਲਿਖੀ ਕੁੜੀ ਸੀ ਅਤੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗੀ ਹੋਈ ਸੀ। ਉਸ ਦਾ ਰੰਗ ਗੋਰਾ ਤੇ ਅੱਖਾਂ ਫਿਰੋਜੀ ਸਨ। ਮੈਂ ਪਾਤਰ ਨੂੰ ਉਹ ਇਸ ਕਿਸਮ ਦੀਆਂ ਜਾਪੀਆਂ ਜਿਨ੍ਹਾਂ ਨੂੰ ਬਾਬਾ ਫਰੀਦ ਨੇ ਲੋਇਣ ਕਿਹਾ ਹੈ। ਉਸ ਦੇ ਵਾਲ ਭੂਰੇ ਸਨ। ਤੇ ਉਹ ਆਪਣੇ ਪਰਸ ਵਿੱਚ ਮੇਕਅਪ ਠੀਕ ਰੱਖਣ ਲਈ ਸ਼ੀਸ਼ਾ ਤੇ ਲਪਿਸਟਿਕਾਦ ਰੱਖਦੀ ਸੀ। ਉਸ ਨੂੰ ਦੇਖ ਕੇ ਬੁੱਢੇ ਕਰਮ ਸਿੰਘ ਵਿੱਚ ਵੀ ਕਾਮੁਕਤਾ ਜਾਗ ਪੈਂਦੀ ਹੈ। ਉਸ ਦਾ ਸੁਭਾਅ ਹਾਸੇ-ਮਖੌਲ ਵਾਲਾ ਸੀ ਤੇ ਆਪਣੇ ਇਸ ਸੁਭਾਅ ਕਾਰਨ ਹੀ ਉਸ ਨੇ ਮੈ ਪਾਤਰ ਅਤੇ ਕਰਮ ਸਿੰਘ ਦਾ ਇਹ ਪ੍ਰਭਾਵ ਦੇ ਇਹ ਇਹ ਪ੍ਰਭਾਵ ਦੇ ਕੇ ਮੌਜੂ ਬਣਾਇਆ ਕਿ ਉਹ ਰੱਜ ਕੇ ਸ਼ਰਾਬ ਪੀਣ ਵਾਲੀ ਹੈ। ਉਹ ਚਿੱਤਰਕਾਰ ਵੀ ਸੀ। ਪ੍ਰਸ਼ਨ 26ਵਾਂ ਮੈ ਪਾਤਰ ਦਾ ਚਿੱਤਰ ਚਿਤ੍ਰਣ ਕਰੋ। ਉੱਤਰ ਮਾ ਪਾਤਰ ਆਪਣੇ ਪੁੱਤਰ ਜੱਸੀ ਕੋਲ ਅਮਰੀਕਾ ਵਿੱਚ ਗਿਆ ਇੱਕ ਪੰਜਾਬੀ ਜ਼ਿਮੀਂਦਾਰ ਹੈ ਕਰਨ ਸਿੰਘ ਤੇ ਹੋਰ ਨਾ ਪਾਰਕੀਆਂ ਦੀਆਂ ਗੱਲਾਂ ਸੁਣ ਕੇ ਉਹ ਸਾਂਝੀਦਾ ਸੀ ਕਿ ਗੋਰੀ ਨਸਲ ਦੀ ਕੁੜੀ ਖਾਉ ਤੇ ਬੇਵਫਾ ਹੁੰਦੀ ਹੈ ਉਸ ਨੂੰ ਗੱਲਬਾਤ ਕਰਨ ਦਾ ਤਰੀਕਾ ਆਉਂਦਾ ਹੈ ਉਹ ਲਗੋਜ਼ੇ ਸੁਣਨ ਦਾ ਸ਼ਕੀਨ ਹੈ ਉਹ ਸੁੰਦਰਤਾ ਵੱਲ ਮੋਹਿਆ ਜਾਣ ਵਾਲਾ ਤੇ ਭਵਿੱਖ ਬਾਰੇ ਸੋਚ ਕੇ ਪਰੇਸ਼ਾਨ ਹੋ ਜਾਣ ਵਾਲਾ ਹੈ ਉਸ ਨੂੰ ਕਰਮ ਸਿੰਘ ਦੀਆਂ ਹਰ ਰੋਜ਼ ਇੱਕੋ ਤਰ੍ਹਾਂ ਦੀਆਂ ਗੱਲਾਂ ਤੇ ਦੋਗਲਾਪਨ ਚੰਗਾ ਨਹੀਂ ਲੱਗਦਾ ਜਦੋਂ ਉਹ ਆਪਣੇ ਮਨ ਵਿੱਚ ਲੀਸਾ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਵੇਖਣ ਲੱਗਦਾ ਹੈ ਤਾਂ ਉਸ ਨੂੰ ਕਰਮ ਸਿੰਘ ਦੀਆਂ ਕਾਮੁਕਤਾ ਭਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਫਿਰ ਜਦੋਂ ਲੀਸਾ ਦੁਆਰਾ ਸ਼ਰਾਬ ਦੀ ਬੋਤਲ ਖਾਲੀ ਕਰਨ ਦੀ ਅਸਲੀਅਤ ਉਸ ਦੇ ਸਾਹਮਣੇ ਆਉਂਦੀ ਹੈ ਤਾਂ ਉਹ ਉਸ ਨੂੰ ਨੂੰਹ ਦੇ ਰੂਪ ਵਿੱਚ ਸਵੀਕਾਰ ਕਰਨ ਲਈ ਤਿਆਰ ਹੋ ਜਾਂਦਾ ਹੈ ਕਹਾਣੀ ਵਿੱਚ ਉਹ ਇੱਕ ਵਿੰਗਾਤਮਕ ਪਾਤਰ ਹੈ ਪ੍ਰਸ਼ੰਸਤਾਈਵਾ ਕਰਮ ਸਿੰਘ ਦਾ ਚਰਿੱਤਰ ਚਿੱਤਰਣ ਕਰੋ ਉੱਤਰ ਕਰਮ ਸਿੰਘ ਅਮਰੀਕਾ ਵਿੱਚ ਰਹਿੰਦਾ ਇੱਕ ਪੰਜਾਬੀ ਜੱਟ ਹੈ ਮੈਂ ਪਾਤਰ ਉਸਦਾ ਯਾਰ ਹੈ ਉਹ ਗੋਰੀਆਂ ਨੂੰ ਬੇਵਫਾ ਤੇ ਖਾਉ ਸਮਝਣ ਵਾਲਾ ਹੈ ਪਰ ਨਾਲ ਹੀ ਉਹ ਕਿਸੇ ਗੋਰੀ ਨਾਲ ਕਾਮਕ ਸੰਬੰਧ ਬਣਾਉਣ ਲਈ ਤਿਆਰ ਹੈ ਅਤੇ ਇਸ ਸੰਬੰਧ ਵਿੱਚ ਉਹ ਆਪਣੀ ਉਮਰ ਤੇ ਰਿਸ਼ਤੇ ਦਾ ਖਿਆਲ ਵੀ ਨਹੀਂ ਰੱਖਦਾ ਇਸ ਤਰ੍ਹਾਂ ਉਸਦੇ ਚਰਿੱਤਰ ਵਿੱਚ ਦੋਗਲਾਪਨ ਹੈ ਇਸ ਦੇ ਨਾਲ ਹੀ ਉਹ ਗੋਰੀਆਂ ਨੂੰ ਬੁਰੀਆਂ ਕਹਿੰਦਾ ਹੈ ਪਰ ਉਸ ਨੂੰ ਉਸਦੀ ਦੇਸੀ ਨੂੰ ਉਸ ਨੂੰ ਜੋ ਪੰਗੂੜੇ ਚ ਛੁਟਾਉਂਦੀ ਹੈ ਤੇ ਪੋਤਰੇ ਪੋਤਰੀ ਦੇ ਹੱਥੋਂ ਉਸ ਨੂੰ ਜਿਸ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਇਸ ਦਾ ਉਸ ਨੂੰ ਖਿਆਲ ਨਹੀਂ ਰਹਿੰਦਾ ਇਸ ਪ੍ਰਕਾਰ ਉਹ ਇੱਕ ਵਿਅੰਗਾਤਮਕ ਪਾਤਰ ਹੈ ਪ੍ਰਸ਼ਨ 28 ਜੱਸੀ ਦਾ ਚਰਿੱਤਰ ਚਿਤ੍ਰਨ ਕਰੋ ਉੱਤਰ ਜੱਸੀ 6 ਕੋ ਮਹੀਨੇ ਪਹਿਲਾਂ ਪੰਜਾਬ ਤੋਂ ਸਾਫਟਵੇਅਰ ਇੰਜੀਨੀਅਰ ਦੇ ਰੂਪ ਵਿੱਚ ਅਮਰੀਕਾ ਆਇਆ ਸੀ ਉਹ ਇੱਕ ਹੁਣ ਹਰ ਨੌਜਵਾਨ ਹੈ ਇਥੇ ਉਸਦਾ ਇੱਕ ਲੀਸਾ ਨਾਂ ਦੀ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਕੁੜੀ ਨਾਲ ਪਿਆਰ ਪੈ ਗਿਆ ਤੇ ਉਹ ਉਸ ਨਾਲ ਮੰਗਣੀ ਕਰਵਾ ਲੈਣੀ ਚਾਹੁੰਦਾ ਹੈ ਉਹ ਅਮਰੀਕਾ ਵਿੱਚ ਵੀ ਵੱਸ ਜਾਣਾ ਚਾਹੁੰਦਾ ਸੀ ਉਸ ਨੂੰ ਜ਼ਰਾ ਹੇਰ ਫੇਰ ਨਾਲ ਗੱਲ ਕਰਨ ਦਾ ਤਰੀਕਾ ਆਉਂਦਾ ਹੈ ਇਹ ਸਨ ਇਸ ਕਹਾਣੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਤੇ ਅਜਿਹੀਆਂ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਉਸ ਨੂੰ ਲਾਈਕ ਕਰੋ ਧੰਨਵਾਦ